ਜਲਾਲਾਬਾਦ ਤੋਂ ਮੇਰੀ ਮਾਤਾ ਲੜੇ ਸੁਖਵੀਰ ਦੇ ਰਹੀ ਹੈ ਬਾਦਲ ਤੋਂ, ਅਤੇ ਲੁਧਿਆਣੇ ਵਿੱਚ ਫੁਲਕੇ ਦੇ ਰੇਂਜ 'ਚ ਮੇਰੀ ਵਾਈਫ ਔਰ ਫਗਵਾੜੇ ਵਿੱਚ ਮੈਂ ਲੜ ਰਿਹਾ ਜਿਹੜੀ ਸੋਮਨਾਥ ਦੀ ਸੀਟ ਹੈਗੀ, ਔਰ ਸਾਡੇ ਸਿਸਟਰ ਜਿਹੜੀ ਉਹ ਮਕੇਰੇ ਤੋਂ ਲੜਨਗੇ। ਸੂਬੇ ਦੇ ਕਈ ਹਲਕਿਆਂ 'ਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਬਹੁਤ ਹੀ ਦਿਲਚਸਪ ਹੋਣ ਵਾਲੀਆਂ ਨੇ, ਕਿਉਂਕਿ ਨੀਟੂ ਸ਼ਟਰਾਂ ਵਾਲਾ ਆਪਣੇ ਪਰਿਵਾਰ ਸਣੇ 4 ਵਿਧਾਨ ਸਭਾ ਹਲਕੇ ਤੋਂ ਚੋਣਾਂ ਲੜਨ ਜਾ ਰਿਹਾ, ਜਿਸ ਦੀ ਜਾਣਕਾਰੀ ਨੀਟੂ ਸ਼ਟਰਾਂ ਵਾਲੇ ਨੇ ਮੁਕੇਰੀਆਂ ਪਹੁੰਚ ਕੇ ਦਿੱਤੀ, ਜਿਸ ਦੌਰਾਨ ਉਸਨੇ SDM ਦਫ਼ਤਰ ਤੋਂ ਆਪਣਾ ਨੋਮੀਨੇਸ਼ਨ ਪੱਤਰ ਲਿਆ। ਇਸ ਮੌਕੇ ਨੀਟੂ ਸ਼ਟਰਾਂ ਵਾਲੇ ਨੇ ਕਿਹਾ ਕਿ ਉਹ ਆਪ ਫਗਵਾੜੇ ਤੋਂ ਚੋਣ ਲੜਨਗੇ ਅਤੇ ਉਹਨਾਂ ਦੀ ਪਤਨੀ ਜਲਾਲਾਬਾਦ ਅਤੇ ਭੈਣ ਮੁਕੇਰੀਆਂ ਤੋਂ ਲੜੇਗੀ। ਸਰ, ਇਸ ਟਾਈਮ ਜ਼ਬਰਦਸਤ ਤਿਆਰੀਆਂ ਵਾ, ਔਰ ਆਪਾਂ ਫਗਵਾੜੇ ਵਿੱਚ ਜਿਹੜਾ ਫਗਵਾੜਾ ਸ਼ਹਿਰ ਆ, ਸ਼ਹਿਰ ਨਹੀਂ ਬਣਾਤਾ ਉਹਨੂੰ ਜੰਨਤ ਬਣਾਤਾ ਇੱਕ ਹਿਸਾਬ ਦਾ। ਇਸ ਟਾਈਮ ਤੁਸੀਂ ਇੰਗਲੈਂਡ 'ਚ ਫੋਨ ਕਰਕੇ ਪੁੱਛ ਲਓ ਵੀ ਨੀਟੂ ਸ਼ਟਰਾਂ ਵਾਲਾ ਕਿੱਥੇ ਕਿਹੜੀ ਜਗ੍ਹਾ ਲੜ ਰਿਹਾ ਇਲੈਕਸ਼ਨ, ਉਹਨਾਂ ਨੇ ਕਹਿਣਾ ਫਗਵਾੜੇ। ਜੇ ਕੇਰਲਾ ਉੱਥੇ ਪੁੱਛ ਲਓ, ਬਿਹਾਰ 'ਚ ਪੁੱਛ ਲਓ ਵੀ ਕਿੱਥੇ ਨੀਟੂ ਇਲੈਕਸ਼ਨ ਲੜ ਰਿਹਾ, ਉਹ ਕਹਿੰਦੇ ਫਗਵਾੜੇ। ਯਾਨੀ ਕਿ ਫਗਵਾੜਾ ਸ਼ਹਿਰ ਅੱਜ ਤੱਕ ਕਿਸੇ ਮੰਤਰੀ ਨੇ ਜਾਂ ਕਿਸੇ ਵੀ ਮੋਦੀ ਸਰਕਾਰ ਨੇ ਵੀ ਫਗਵਾੜੇ ਦਾ ਨਾਮ ਨਹੀਂ ਸੁਣਿਆ ਹੋਗਾ, ਪਰ ਇਸ ਟਾਈਮ ਜੇ ਮੋਦੀ ਸਰਕਾਰ ਨੂੰ ਪੁੱਛਿਆ ਜਾਵੇ ਅਤੇ ਕੈਪਟਨ ਸਰਕਾਰ ਨੂੰ ਪੁੱਛਿਆ ਜਾਵੇ, ਬਾਦਲ ਸਰਕਾਰ ਨੂੰ ਪੁੱਛਿਆ ਜਾਵੇ, ਉਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਨੀਟੂ ਫਗਵਾੜੇ ਵਿੱਚ ਇਲੈਕਸ਼ਨ ਲੜ ਰਿਹਾ ਜੀ। ਪੂਰਾ ਪਰਿਵਾਰ ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ਦੇ ਵਿੱਚ ਉਪ ਚੁਣਾਵ ਜਿਹੜੇ ਹੋਣ ਵਾਲੇ ਉਹਨਾਂ ਦੇ ਉੱਤੇ ਲੜ ਰਿਹਾ, ਕਿਉਂ ਕੋਟ ਪਰਿਵਾਰ ਦੇ ਸਦੱਸ ਲੜਨਗੇ ਤੁਹਾਡੇ ਨਾਲ? ਜਲਾਲਾਬਾਦ ਤੋਂ ਮੇਰੀ ਮਾਤਾ ਲੜੇ ਸੁਖਵੀਰ ਦੇ ਰਹੀ ਹੈ ਬਾਦਲ ਤੋਂ, ਅਤੇ ਲੁਧਿਆਣੇ ਵਿੱਚ ਫੁਲਕੇ ਦੇ ਰੇਂਜ 'ਚ ਮੇਰੀ ਵਾਈਫ ਔਰ ਫਗਵਾੜੇ ਵਿੱਚ ਮੈਂ ਲੜ ਰਿਹਾ ਜਿਹੜੀ ਸੋਮਨਾਥ ਦੀ ਸੀਟ ਹੈਗੀ, ਔਰ ਸਾਡੇ ਸਿਸਟਰ ਜਿਹੜੀ ਉਹ ਮਕੇਰੀਆਂ ਤੋਂ ਲੜਨਗੇ ਜੀ। ਅੱਜ ਤੁਸੀਂ ਮਕੇਰੀਆਂ ਆਪਣੀ ਭੈਣ ਦੇ ਲਈ ਪੇਪਰ ਲੈਣ ਪਹੁੰਚੇ ਹੋ, ਮਿਲੇ ਹੋ, ਕਿਸ ਤਰ੍ਹਾਂ ਦਾ ਲੱਗ ਰਿਹਾ ਕਿ ਇੱਥੋਂ ਦੇ ਕਿੱਦਾਂ ਦਾ ਹੁੰਗਾਰਾ ਮਿਲੇਗਾ? ਸਰ, ਇੱਥੋਂ ਦੇ ਬਹੁਤ ਵਧੀਆ ਅਫਸਰਾਂ ਨੂੰ ਮਿਲਿਆ, ਉਹਨਾਂ ਨੇ ਚੰਗਾ ਹੁੰਗਾਰਾ ਦਿੱਤਾ, ਔਰ ਪੁਲਿਸ ਅਫਸਰ ਡਿਪਾਰਟਮੈਂਟ ਬਹੁਤ ਵਧੀਆ ਉਹਨਾਂ ਦਾ, ਜਿੰਨਾ ਵੀ ਮੇਰੇ ਦਿਮਾਗ ਸੀਗਾ ਕਿ ਸ਼ਾਇਦ ਛੁੱਟੀ ਹੋ ਜਾਏਗੀ, ਪਰ ਲੇਕਿਨ ਉਹਨਾਂ ਨੇ ਆਪਣੀ ਡਿਊਟੀ ਬੜੀ ਖੂਬੀ ਨਾਲ ਨਿਭਾਈ ਆ, ਔਰ ਹਰ ਵਾਰ ਇਲੈਕਸ਼ਨ ਦੇ ਵਿੱਚ DC ਸਾਹਿਬ ਸਾਡੇ ਆ ਜਿਹੜੇ ਉਹ ਬਹੁਤ ਵਧੀਆ ਤਰੀਕੇ ਨਾਲ ਡੀਲ ਕਰਦੇ ਜੀ, ਹਰ ਸ਼ਹਿਰ ਦੇ DC ਜੀ। ਇੱਥੇ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਨੀਟੂ ਸ਼ਟਰਾਂ ਵਾਲਾ ਲੋਕ ਸਭਾ ਚੋਣਾਂ ਲੜ ਚੁੱਕਿਆ, ਜਿਸ ਦੌਰਾਨ ਉਸ ਨੂੰ ਸਿਰਫ 5 ਵੋਟਾਂ ਹੀ ਪਈਆਂ ਸੀ, ਜਿਸ ਤੋਂ ਬਾਅਦ ਇਹ ਗੱਲ ਮੀਡੀਆ 'ਚ ਖੂਬ ਚਰਚਾ ਦਾ ਵਿਸ਼ਾ ਬਣੀ ਰਹੀ। ਬਿਊਰੋ ਰਿਪੋਰਟ, ਰੋਜ਼ਾਨਾ ਟਾਈਮਜ਼।